ਕਿਸਾਨ ਵੀਰੋ ਸਤਿ ਸ਼੍ਰੀ ਅਕਾਲ। ਮੇਰਾ ਨਾਮ ਸਵਜੋਤਪਾਲ ਸਿੰਘ ਬਰਾੜ। ਮੇਰਾ ਚੈਨਲ ਮਲਟੀ ਸੋਲਿਊਸ਼ਨਸ ਤੁਸੀਂ ਦੇਖਿਆ ਹੈ, ਚੱਲ ਰਿਹਾ ਹੈ, ਅਤੇ ਮੈਂ ਸਾਰੇ ਦੋਸਤਾਂ ਮਿੱਤਰਾਂ ਨੂੰ ਜੋ ਵੀਡੀਓ ਦੇਖ ਰਿਹਾ ਉਹਨਾਂ ਸਾਰਿਆਂ ਨੂੰ ਮੈਂ ਰਿਕੁਐਸਟ ਕਰੂੰਗਾ ਵੀ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਅਤੇ ਵੀਡੀਓਜ਼ ਲਾਈਕ ਕਰਿਆ ਕਰੋ। ਅੱਜ ਦਾ ਜੋ ਮੈਂ ਵੀਡੀਓ ਬਣਾ ਰਿਹਾ ਜਾਂ ਮੈਂ ਔਨਲਾਈਨ ਹੋਇਆ, ਮੈਂ ਦੱਸਣਾ ਚਾਹੁੰਦਾ ਕਿਸਾਨਾਂ ਨੂੰ ਵੀ ਕਿ ਜੋ ਕਿਸਾਨ ਕਹਿੰਦੇ ਆ ਵੀ ਸਾਨੂੰ ਖੇਤੀ ਕਰਦੇ ਸਮੇਂ ਫਸਲ ਕਈ ਵਾਰੀ ਘਾਟਾ ਪੈ ਜਾਂਦਾ ਹੈ, ਠੀਕ ਹੈ, ਕਿਸੇ ਤਰ੍ਹਾਂ ਦਾ ਕਹਿੰਦੇ ਹੁੰਦੇ ਹੈਗਾ ਵੀ ਸੇਮ ਆ ਗਈ, ਠੀਕ ਹੈ ਜੀ, ਤਾਂ ਸੋਕਾ ਪੈ ਗਿਆ, ਉਸ ਤਰ੍ਹਾਂ ਵੀ ਸਮੱਸਿਆ ਆਉਂਦੀ ਹੈ। ਤਾਂ ਨਾਲ ਆਪਾਂ ਨੂੰ ਕੀ ਹੈਗਾ ਵੀ ਕੋਈ ਹੋਰ ਸਹਾਇਕ ਧੰਦਾ ਕਰਨਾ ਚਾਹੀਦਾ, ਕੰਮ ਕਰਨਾ ਚਾਹੀਦਾ। ਉਹਦੇ ਨਾਲ ਇੱਕ ਦਰੱਖਤਾਂ ਦਾ ਕੰਮ ਬਹੁਤ ਵਧੀਆ, ਸਫੈਦਿਆਂ ਦੀ ਖੇਤੀ ਜ਼ਰੂਰ ਕਰੋ ਜੀ। ਤਾਂ ਸਫੈਦੇ ਤੁਸੀਂ ਵੱਟਾਂ 'ਤੇ ਵੀ ਲਾ ਸਕਦੇ ਹੋ, ਮੈਂ ਇੱਕ ਕਨਾਲ ਦੇ ਵਿੱਚ ਲਾਇਆ, ਤੁਸੀਂ ਇਸ ਤਰ੍ਹਾਂ ਇੱਕ ਕਨਾਲ ਸਾਈਡ 'ਤੇ ਰੱਖ ਕੇ ਉਹਦੇ ਵਿੱਚ ਵੀ ਲਾ ਸਕਦੇ ਹੋ। ਤਾਂ ਇਹ ਖੇਤੀ ਕਰਨ ਦਾ ਕੀ ਫਾਇਦਾ ਹੈ ਵੀ ਇਹ 8 ਸਾਲਾਂ ਬਾਅਦ 7 ਸਾਲਾਂ ਬਾਅਦ ਆਪਾਂ ਨੂੰ ਇੱਕ ਵਾਰੀ ਫਸਲ ਹੁੰਦੀ ਹੈ ਇਹਨਾਂ ਦੀ, ਫਿਰ ਉੱਤੋਂ ਕੱਟ ਦਿਉ, ਜੜ੍ਹਾਂ ਰੱਖ ਲਓ, ਤਾਂ ਫਿਰ ਅਗਲੇ 5 ਸਾਲਾਂ ਨੂੰ ਫਿਰ ਤਿਆਰ ਹੋ ਜਾਂਦੇ, ਯਾਨੀ ਕਿ 12 ਸਾਲਾਂ ਦੇ ਵਿੱਚ ਆਪਾਂ ਇਹਨਾਂ ਦੀ 2 ਵਾਰੀ ਇਸ ਤੋਂ ਆਪਾਂ ਉਪਜ ਲੈ ਸਕਦੇ ਹਾਂ। ਅਤੇ ਬਹੁਤ ਵਧੀਆ ਸਹਾਇਕ, ਤੁਹਾਡੀ ਸਹਾਇਤਾ ਕਰਦਾ, ਬਹੁਤ ਵਧੀਆ ਚੀਜ਼ ਹੈ। ਮੈਂ ਅੱਜ ਤੋਂ 8 ਸਾਲ ਪਹਿਲਾਂ ਇਹ ਖੇਤੀ ਕਰੀ ਸੀ, ਸਫੈਦੇ ਲਾਏ ਸੀਗੇ, ਜਿਹਦੇ ਵਿੱਚ ਮੈਂ ਦੇਖਿਆ ਵੀ 8 ਸਾਲਾਂ ਬਾਅਦ ਇਹ ਸਫੈਦੇ ਬਹੁਤ ਤਕੜੇ ਹੋ ਗਏ। ਆ ਦੇਖੋ ਮੇਰੇ ਪਿੱਛੇ ਸਫੈਦਾ ਉੱਪਰ ਤੱਕ ਹੈਗੇ ਆ। ਇਹ ਮੈਂ 300 ਬੂਟਾ ਲਾਇਆ ਸੀਗਾ ਜੀ, ਸਾਰਾ ਤੁਸੀਂ ਦੇਖ ਸਕਦੇ ਹੋ। ਇਹ 300 ਬੂਟਾ ਮੈਂ ਸਫੈਦੇ ਦਾ ਲਾਇਆ ਸੀਗਾ, ਜਿਹਦੇ ਵਿੱਚੋਂ 260 ਤਿਆਰ ਹੋਏ, ਅਤੇ ਜਿਹੜੇ ਸਫੈਦੇ ਵਿੱਚੋਂ ਮਰੇ ਸੀ ਉਹਨਾਂ ਦੀ ਥਾਂ 'ਤੇ ਮੈਂ ਬਰਮਨ ਡੇਕਾਂ ਲਾਤੀਆਂ ਸੀਗੀਆਂ, ਠੀਕ ਹੈ, ਆਹ ਬਰਮਨ ਡੇਕ ਹੈਗੀ, ਠੀਕ ਹੈ, ਇਸ ਤਰ੍ਹਾਂ। ਸਫੈਦਿਆਂ ਦਾ ਅੱਜ ਤੋਂ ਮੈਂ 8 ਸਾਲ ਪਹਿਲਾਂ ਬੂਟੇ ਲਾਏ ਸੀਗੇ, ਜਿਹਦੇ ਵਿੱਚ ਇੱਕ ਬੂਟੇ ਦਾ ਰੇਟ ਸੀਗਾ 7 ਰੁਪਏ, ਠੀਕ ਹੈ ਜੀ, ਉਸ ਸਮੇਂ 7 ਰੁਪਏ ਸੀਗਾ, ਅੱਜ ਦੀ ਘੜੀ ਮੈਂ ਲਾ ਸਕਦਾ ਵੀ ਆਪਾਂ ਦੁੱਗਣਾ ਕਰਦੇ ਹਾਂ 14 ਰੁਪਏ ਹੋਊਗਾ। ਤਾਂ 7 ਰੁਪਏ ਦਾ ਬੂਟਾ ਲਾਇਆ, ਜਿਹਦੇ ਵਿੱਚ ਮੈਂ 5 ਸਾਲ ਖੁਦ ਨਾਲ ਖੇਤੀ ਕਰੀ ਹੈ, ਤਾਂ 5 ਸਾਲ ਮੈਂ ਦੇਖਭਾਲ ਕਰੀ ਆ, ਉਸ ਤੋਂ ਬਾਅਦ 3 ਸਾਲ ਮੈਂ ਠੇਕੇ ਦਿੱਤੀ ਸੀ ਜ਼ਮੀਨ, ਅਤੇ ਉਹ ਵਿੱਚੋਂ ਵਿੱਚੋਂ ਆ ਕੇ ਮੈਂ ਦੇਖ ਲੈਂਦਾ ਸੀ, ਕਾਂਡ ਛਾਂਡ ਕਰ ਲੈਂਦਾ ਸੀਗਾ। ਅਤੇ ਸਫੈਦੇ ਜਿਹੜੇ ਹੈਗੇ ਹੈ ਤੁਸੀਂ ਦੇਖੋ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ, ਬਹੁਤ ਵਧੀਆ ਤਿਆਰ ਹੋਏ ਵੇ ਸਫੈਦੇ ਆ, ਬਹੁਤ ਹੀ ਬਹੁਤ ਲੰਮਾ ਏਰੀਆ ਇਹਨਾਂ ਦਾ, ਠੀਕ ਹੈ। ਤਾਂ ਇਹਦੇ ਵਿੱਚ ਕੀ ਹੈ, 260 ਸਫੈਦੇ ਤਿਆਰ ਹੋਏ ਹੈ, ਜਿਹਦੇ ਵਿੱਚੋਂ ਮੈਂ 105 ਸਫੈਦਿਆਂ ਦਾ ਸੌਦਾ ਕਰਤਾ, ਉਹ 105 ਸਫੈਦੇ ਮੈਂ 1,25,000 ਨੂੰ ਕੀਤਾ। ਮੇਰੇ ਕੋਲ ਸਾਧਨ ਨਹੀਂ ਸੀਗਾ ਚੱਕ ਕੇ ਲਿਜਾਣ ਦਾ, ਇੱਥੋਂ ਵੇਚਣ ਦਾ ਸਾਧਨ ਨਹੀਂ ਸੀਗਾ ਵੀ ਮੈਂ ਮੰਡੀ ਤੱਕ ਪਹੁੰਚਦੇ ਕਰਦਾ, ਇਸ ਲਈ ਮੈਨੂੰ, ਮੈਂ ਠੇਕੇਦਾਰ ਨਾਲ ਗੱਲ ਕਰੀ ਤਾਂ ਮੈਨੂੰ ਇਹ ਰੇਟ ਪਿਆ, ਯਾਨੀ ਕਿ ਆਪਾਂ ਸਮਝ ਸਕਦੇ ਹਾਂ 1,190 ਰੁਪਏ ਦਾ ਇੱਕ ਸਫੈਦੇ ਦਾ ਮੈਨੂੰ ਜਿਹੜਾ ਇਹ ਮੁੱਲ ਮੈਨੂੰ ਮਿਲਿਆ। ਅਤੇ ਜੇ ਕਿਸਾਨ ਖੁਦ ਚੱਕ ਕੇ ਮੰਡੀ ਤੱਕ ਲਿਜਾ ਸਕਦਾ ਤਾਂ ਇਹ ਸਫੈਦਾ 1,500 ਰੁਪਏ ਤੱਕ ਦਾ ਇੱਕ ਬੂਟਾ ਆਪਾਂ ਨੂੰ ਛੱਡ ਦਿੰਦਾ। ਤਾਂ ਉਹ ਵੀ ਇਹ ਤੁਸੀਂ ਖੇਤੀ ਜ਼ਰੂਰ ਕਰੋ, ਅਤੇ ਇਹਨੂੰ ਨਾਲ ਤੁਸੀਂ ਕਰਕੇ ਵੇਖੋ, ਬਹੁਤ ਵਧੀਆ। ਤਾਂ ਵਿੱਚ ਤੁਸੀਂ ਸਬਜ਼ੀ ਬੀਜ ਸਕਦੇ ਹੋ, ਇਹ ਜਗ੍ਹਾ ਛੱਡੀ ਹੋਈ ਹੈ, ਇਹ ਮੈਂ 6-6 ਫੁੱਟ 7 ਫੁੱਟ ਦੀ ਵਿੱਥ 'ਤੇ ਲਾਏ, 6x7 ਫੁੱਟ ਦੀ ਵਿੱਥ 'ਤੇ ਲਾਏ ਸਾਰੇ ਦਰੱਖਤ। ਤਾਂ ਇਹਦੇ ਵਿੱਚ ਤੁਸੀਂ ਸਬਜ਼ੀ ਬੀਜ ਸਕਦੇ ਹੋ, ਸਬਜ਼ੀ ਦੀ ਖੇਤੀ ਕਰ ਸਕਦੇ ਹੋ। ਮੈਂ ਤਾਂ ਖੈਰ ਠੇਕੇ ਦਿੱਤੀ ਹੈ, ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀ, ਹੁਣ ਸਫੈਦਿਆਂ ਦੀ ਮੈਂ ਕਟਿੰਗ ਸਟਾਰਟ ਕਰਤੀ ਹੈ, ਸਫੈਦੇ ਕੱਟਣੇ ਸ਼ੁਰੂ ਕੀਤੇ ਹੈ। ਅਤੇ ਦੇਖੋ ਤੁਸੀਂ ਸਫੈਦੇ ਜਿਹੜੇ ਹੈਗੇ ਹੈ, ਇਹ ਸਫੈਦੇ ਆਪਾਂ ਉੱਪਰੋਂ ਕੱਟਣੇ ਹੈ, ਠੀਕ ਹੈ ਨਾ, ਇਹ ਨੀਚੇ ਮੈਂ ਜਗ੍ਹਾ ਛੱਡਤੀ, ਠੀਕ ਹੈ। ਤਾਂ ਇਹ ਇੰਨਾ ਆਪਾਂ ਥੱਲੇ ਛੱਡਣਾ ਹੈ, ਤੁਸੀਂ 2-3 ਇੰਚ ਦਾ ਇਹਨੂੰ ਛੱਡ ਸਕਦੇ ਹੋ, ਜਿਹਦੇ ਵਿੱਚ ਕੀ ਅਸੀਂ ਦੇਖਦੇ ਹਾਂ ਵੀ ਇਹ ਦੁਬਾਰਾ ਫੁੱਟਿਆਊਗਾ। ਅਤੇ ਇਹ ਸਫੈਦੇ ਹੁਣ 7-8 ਸਾਲਾਂ 'ਚ ਤਿਆਰ ਹੋਏ ਸੀਗੇ, ਤਾਂ ਨੈਕਸਟ ਜਿਹੜੇ ਸਫੈਦੇ ਹੈ ਇਹ 5 ਸਾਲਾਂ 'ਚ ਤਿਆਰ ਹੋ ਜਾਣਗੇ। 5 ਸਾਲਾਂ ਦੇ ਵਿੱਚ ਇਹ ਸਫੈਦੇ ਤਿਆਰ ਹੋ ਕੇ, ਠੀਕ ਹੈ ਜੀ, ਸਾਨੂੰ ਫਿਰ ਇਨਕਮ ਦੇ ਦੇਣਗੇ। ਉਦੋਂ ਸਾਨੂੰ ਜਦੋਂ ਕੀ ਹੈਗਾ, ਪਹਿਲੀ ਵਾਰੀ ਆਪਾਂ 7-8 ਸਾਲਾਂ ਬਾਅਦ ਇਹਨਾਂ ਸਫੈਦਿਆਂ ਨੂੰ ਉੱਪਰੋਂ ਤਣੇ ਤੋਂ ਉੱਪਰੋਂ ਕਟਾਉਣਾ, ਅਤੇ 5 ਸਾਲਾਂ ਬਾਅਦ ਕੀ ਕਰਨਾ ਹੈਗਾ, ਜੜ੍ਹ 'ਚੋਂ ਕਢਾ ਦੇਣਾ, ਯਾਨੀ ਕਿ 12 ਸਾਲਾਂ ਦੇ ਵਿੱਚ ਸਾਨੂੰ ਇਹ ਸਫੈਦੇ 2 ਵਾਰੀ ਫਸਲ ਦਿੰਦੇ ਆ। ਸਫੈਦੇ ਦਾ ਹਰ ਭਾਗ ਮਾਰਕੀਟ ਵਿੱਚ ਵਿਕਦਾ ਹੈ। 18 ਇੰਚ ਸਫੈਦਾ ਘੱਟ ਤੋਂ ਘੱਟ ਤਿਆਰ, ਉਹਦਾ ਜਿਹੜਾ ਹੈਗਾ ਮੋਟਾਈ ਚਾਹੀਦੀ ਹੈ, ਉਸ ਤੋਂ ਪਲਾਈ ਬਣਦੀ ਹੈ, ਉਸਦੇ ਪੀਸ ਕੀਤੇ ਜਾਂਦੇ ਆ, 6 ਫੁੱਟ ਦੇ 8 ਫੁੱਟ ਦੇ ਇਸ ਤਰ੍ਹਾਂ ਮਾਰਕੀਟ ਵਿੱਚ ਵਿਕਦੇ ਆ। ਤੇ ਇਹ 400 ਤੋਂ ਲੈ ਕੇ 500 ਰੁਪਏ ਪ੍ਰਤੀ ਕੁਇੰਟਲ ਵਿਕਦੇ ਆ। ਔਰ ਟਾਹਣੀਆਂ ਜੋ ਹੁੰਦੀਆਂ, ਇਹਦੀਆਂ ਟਾਹਣੀਆਂ ਨੂੰ ਅਲੱਗ ਕੀਤਾ ਜਾਂਦਾ, ਪਹਿਲਾਂ ਸਾਫ਼ ਕੀਤਾ ਜਾਂਦਾ, ਟਾਹਣੀਆਂ ਜੋ ਹੈਗੀਆਂ 250 ਰੁਪਏ ਕੁਇੰਟਲ ਮਾਰਕੀਟ ਵਿੱਚ ਵਿਕਦੀਆਂ। ਇਸਦੇ ਪੱਤੇ ਆ ਜੋ, ਉਹਨਾਂ ਦਾ ਕੁਤਰਾ ਕਰਕੇ ਉਹ ਵੀ ਮਾਰਕੀਟ ਵਿੱਚ ਵਿਕਦੇ ਆ, ਫੈਕਟਰੀਆਂ ਵਾਲੇ ਲੈ ਲੈਂਦੇ ਹੈਗੇ, ਭੱਠਿਆਂ ਵਾਲੇ ਲੈਂਦੇ ਆ, ਇਹ 50 ਰੁਪਏ ਪ੍ਰਤੀ ਕੁਇੰਟਲ ਜਿਹੜਾ ਹੈਗਾ ਕਿ ਇਹ ਮਾਰਕੀਟ ਵਿੱਚ ਵਿਕਦਾ। ਸਫੈਦਿਆਂ ਦੀ ਕਟਾਈ ਤੋਂ ਬਾਅਦ ਖੇਤ ਨੂੰ ਖੁੱਲ੍ਹਾ ਪਾਣੀ ਲਗਾਓ, ਅਤੇ ਜੇ ਤੁਸੀਂ ਨਾਲ ਨਵੇਂ ਬੂਟੇ ਲਾਉਣਾ ਚਾਹੁੰਦੇ ਹੋ ਤਾਂ 5 ਜਾਂ 6 ਫੁੱਟ ਦੀ ਦੂਰੀ ਤੇ ਲਗਾਓ, ਤੇ ਉਹਨਾਂ ਵਿੱਚ ਖਾਦ ਪਾਓ, ਤੇ ਨਾਲ ਹੀ
ਸਿਉਂਕ ਦੀ ਸਪਰੇਅ ਜ਼ਰੂਰ ਕਰ ਦਿਓ ਤਾਂ ਜੋ ਸਿਉਂਕ ਨਾ ਪੈ ਸਕੇ, ਕਿਉਂਕਿ ਸੁੱਕੇ ਪੱਤੇ ਖੇਤ ਵਿੱਚ ਰਹਿ ਜਾਂਦੇ ਆ ਤੇ ਨਾਲ ਲੱਕੜ ਦੇ ਟੁਕੜੇ ਹੁੰਦੇ ਆ, ਉਹ ਤੋਂ ਸਿਉਂਕ ਪੈ ਸਕਦੀ ਹੈ। ਤਾਂ ਸਿਉਂਕ ਦੀ ਸਪਰੇਅ ਤੁਸੀਂ ਉਸਨੂੰ ਨਾਲ ਦੀ ਨਾਲ ਕਰ ਦਿਓ ਤਾਂ ਜੋ ਤੁਹਾਡੇ ਬੂਟੇ ਅੱਗੇ ਵਧੀਆ ਤਿਆਰ ਹੋ ਜਾਣ। ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੋਣੀ ਹੈ। ਥੈਂਕ ਯੂ।